ਉਸ ਤੋਂ ਬਾਅਦ ਹੁਣ ਇਹ ਉਸ ਪ੍ਰੋਸੈਸ ਨੂੰ ਵੀ ਪੂਰੀ ਤਰ੍ਹਾਂ ਨਾਲ ਲਟਕਾ ਰਹੇ ਨੇ। ਅਤੇ ਦੂਸਰੀ ਚੀਜ਼ ਸਰ ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਹਾਂ, ਜਿਹੜੇ ਟੋਟਲ ਇਹਨਾਂ ਨੇ ਵੈਕੈਂਸੀ ਦਿੱਤੀਆਂ ਨੇ 1311 ਸਕੂਲਾਂ ਦੇ ਵਿੱਚ ਲਾਇਬ੍ਰੇਰੀਅਨ ਦੀ ਪੋਸਟ ਖਾਲੀ ਪਈ ਆ, ਅਤੇ ਕੁੱਲ ਜਿਹੜੇ ਐਲੀਜੀਬਲ ਕੈਂਡੀਡੇਟ ਨੇ ਹੈਗੇ ਨੇ ਉਹ ਹੈਗੇ ਨੇ ਕੁੱਲ 1100 ਸਮਥਿੰਗ, ਤਾਂ ਸਰ ਉਹ ਕਿਉਂ ਨਹੀਂ ਭਰੇ ਜਾ ਸਕਦੇ ਜੇ ਬਾਕੀ ਰਿਕਰੂਟਮੈਂਟਸ ਨੂੰ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ, ਲਾਇਬ੍ਰੇਰੀਅਨ ਨਾਲ ਪ੍ਰੋਬਲਮ ਕੀ ਆ? ਮੁਲਾਕਾਤ ਕਿਹਦੇ ਨਾਲ ਹੋਈ ਹੈ, ਕਹਿੰਦੇ ਕੀ ਹੈ? ਸਰ ਮੁਲਾਕਾਤ ਦੇ ਵਿੱਚ ਇਹ ਆ ਕਿ ਲਗਭਗ ਇੱਕ ਮਹੀਨੇ ਤੋਂ ਅਸੀਂ ਖੱਜਲ ਖੁਆਰ ਹੋ ਰਹੇ ਹਾਂ, ਬਹੁਤ ਸਾਰੇ MLAs ਨੂੰ ਮੰਗ ਪੱਤਰ ਦਿੱਤੇ ਗਏ ਨੇ, ਠੀਕ ਹੈ, ਅਤੇ ਐਜੂਕੇਸ਼ਨ ਮਿਨਿਸਟਰ ਨੂੰ ਵੀ ਮਿਲਿਆ ਗਿਆ, ਡਿਪਟੀ ਸੈਕਟਰੀ ਨੂੰ ਵੀ ਮਿਲਿਆ ਗਿਆ, ਤਾਂ ਹਰ ਇੱਕ ਪਹਿਲੂ ਦੇ ਉੱਪਰ ਇੱਕੋ ਚੀਜ਼ ਆ ਰਹੀ ਹੈ ਕਿ ਉਹਦੇ ਕੋਲ ਚਲੇ ਜਾਓ, ਉਹਦੇ ਕੋਲ ਚਲੇ ਜਾਓ। ਅੱਜ ਅਸੀਂ ਇੱਥੇ ਆਏ ਸੀਗੇ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਨਾਅਰਾ ਦਿੱਤਾ ਹੋਇਆ ਕਿ ਚੰਨੀ ਆਮ ਲੋਕਾਂ ਦੇ ਜਿਹੜੇ ਮੁੱਖ ਮੰਤਰੀ ਨੇ ਆਮ ਲੋਕ ਆ ਕੇ ਮਿਲ ਸਕਦੇ ਨੇ, ਅਸੀਂ ਗਏ ਸੀ ਤਾਂ ਸਾਨੂੰ ਇੱਕ ਗੇਟ ਦੇ ਉੱਪਰ ਹੀ ਇਹ ਗੱਲ ਕਹਿ ਕੇ ਮੋੜ ਦਿੱਤਾ ਗਿਆ ਕਿ ਜੀ ਜੇ ਕੋਈ ਵਧੀਆ ਅਪਰੋਚ ਹੈਗੀ ਆ ਤਾਂ ਤੁਸੀਂ ਟਾਈਮ ਲੈ ਕੇ ਅੰਦਰ ਆ ਜਾਓ, ਨਹੀਂ ਫਿਰ ਇਸ ਤਰੀਕੇ ਨਾਲ ਨਹੀਂ ਮਿਲਿਆ ਜਾ ਸਕਦਾ, ਤੁਹਾਡੀ ਫਾਈਲ ਅਸੀਂ ਰੱਖ ਲੈਂਦੇ ਹਾਂਗੇ, ਇਹਨੂੰ ਅੱਗੇ ਫਾਰਵਰਡ ਕਰ ਦਾਂਗੇ ਜਿੱਥੇ ਚਲੋ। ਉਹਨਾਂ ਦੇ ਗੇਟ ਦੇ ਉੱਪਰ OSD ਸਰ ਸਿਕਿਉਰਿਟੀ ਸੀ, ਸਰ OSD ਸਰ ਦਾ ਨਾਮ ਨਹੀਂ ਸਾਨੂੰ ਪਤਾ ਕਿਉਂਕਿ ਉਹਨਾਂ ਨੇ ਸਾਨੂੰ ਗੇਟ ਤੋਂ ਹੀ ਇਸੇ ਗੱਲ ਕਹਿ ਕੇ ਵਾਪਸ ਕਰ ਦਿੱਤਾ। ਹੁਣ ਅਸੀਂ ਸਿੰਪਲੀ ਇੱਕ ਇਹੀ ਇੱਕ ਡਿਮਾਂਡ ਰੱਖ ਰਹੇ ਹਾਂ ਸਰ ਕਿ ਐਟਲੀਸਟ ਸਾਡੀ 2 ਮਿੰਟ ਖੜ ਕੇ ਗੱਲ ਤਾਂ ਸੁਣੀ ਜਾਵੇ, ਜਾਂ ਸਾਨੂੰ ਇਹ ਗੱਲ ਤਾਂ ਦੱਸੀ ਜਾਵੇ ਜਿਹੜੇ ਅਸੀਂ ਐਜੂਕੇਸ਼ਨ ਦਾ ਨਾਅਰਾ ਦੇ ਰਹੇ ਹਾਂ, ਜਿਹੜਾ ਅਸੀਂ ਨਾਅਰਾ ਦੇ ਰਹੇ ਹਾਂਗੇ ਕਿ ਹਾਂ ਪੜ੍ਹਿਆ ਲਿਖਿਆ ਪੰਜਾਬ ਹੋਵੇ। ਅਸੀਂ ਇੰਡੈਕਸ ਦੇ ਵਿੱਚ ਇੱਕ ਪਿੱਛੇ ਜੇ ਸ਼ਾਇਦ ਇੱਕ ਇੰਡੈਕਸ ਆਇਆ ਸੀਗਾ ਜਿਹਦੇ ਬੜੇ ਵੱਡੇ ਵੱਡੇ ਨਾਅਰੇ ਲਾਏ ਗਏ ਸੀ ਕਿ ਪੰਜਾਬ ਸਿੱਖਿਆ ਦੇ ਵਿੱਚ ਪਹਿਲੇ ਨੰਬਰ 'ਤੇ ਪਹੁੰਚਿਆ। ਕੀ ਸਰ ਪੰਜਾਬ ਸਿੱਖਿਆ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਬਿਨਾਂ ਕਿਤਾਬਾਂ ਵੀ ਪਹੁੰਚ ਗਿਆ? ਕਿਤਾਬਾਂ ਸਕੂਲਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਵਾਸਤੇ ਲਾਇਬ੍ਰੇਰੀਅਨ ਹੈਗੇ ਨੇ ਪੂਰੇ ਪੰਜਾਬ ਦੇ ਵਿੱਚ, ਸਿਰਫ 1311 ਪੋਸਟਾਂ ਸੀਨੀਅਰ ਸੈਕੰਡਰੀ ਇਕੱਲੇ ਸਕੂਲਾਂ ਦੇ ਵਿੱਚ ਪੋਸਟਾਂ ਦਿੱਤੀਆਂ ਨੇ। ਐਲੀਜੀਬਿਲਟੀ ਜਿਹੜੇ ਉਹਨਾਂ ਨੇ 500-600 ਦਿੱਤੇ ਹੈ ਲਿਖੀਆਂ ਦਿੱਤੀਆਂ, ਉਹ ਜਿਹੜੇ ਨਹੀਂ ਦਿੱਤੀਆਂ ਉਹ ਕਿਸ ਕ੍ਰਾਈਟੀਰੀਆ ਤੇ ਨਹੀਂ ਦਿੱਤੀਆਂ ਜਿਹਨਾਂ ਦਿੱਤੀਆਂ ਹੋਗੇ? ਸਰ ਕੋਈ ਕ੍ਰਾਈਟੀਰੀਆ ਨਹੀਂ, ਬਸ ਉਹਦੇ ਵਿੱਚ ਇਹ ਆ ਕਿ ਵੇਟਿੰਗ ਉਹੀ ਗੱਲ ਦੀ ਸਮਝ ਨਹੀਂ ਲੱਗੀ ਹੈਗੀ ਕਿ ਕਿਹੜਾ ਕ੍ਰਾਈਟੀਰੀਆ ਅਸਲ ਦੇ ਵਿੱਚ ਪ੍ਰੋਬਲਮ ਕੀ ਆ, ਜਦੋਂ ਕਿ ਐਲੀਜੀਬਲ ਕੈਂਡੀਡੇਟ ਹੈਗੇ ਨੇ ਤੁਹਾਡੇ ਕੋਲ, ਵੈਕੈਂਸੀਆਂ ਹੈਗੀਆਂ ਨੇ, ਉਹਦੀ ਪ੍ਰੋਸੈਸ ਨੂੰ ਅੱਗੇ ਚਲਾਉਣ ਦਾ ਕੋਈ ਤਾਂ ਰਸਤਾ ਦਿੱਤਾ ਜਾਵੇ। ਅਗਲਾ ਮੂਵ ਸਰ ਦੇਖੋ, ਸਾਡੀ ਤਾਂ ਪਹਿਲੀ ਦੇ ਵਿੱਚ ਤਾਂ ਇਹੀ ਹੈ ਕਿ ਅਸੀਂ ਆਪਣੇ ਹਰ ਤਰ੍ਹਾਂ ਦੇ ਹਰ ਹੀਲੇ ਵਸੀਲੇ ਵਰਤ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਵੀ ਤਰੀਕੇ ਨਾਲ ਜਿੱਥੇ ਵੀ ਅਸੀਂ ਗੱਲ ਪਹੁੰਚਾ ਸਕਦੇ ਹਾਂ ਪਹੁੰਚਾਈਏ, ਕਿ ਇਹ ਉਸ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਨਾਰਾ ਮਾਰਨ ਦਾ ਕੋਈ ਫਾਇਦਾ ਨਹੀਂ, ਉਸ ਨੂੰ ਇੰਡੈਕਸ ਦੇ ਉੱਪਰ ਅਸੀਂ ਪਹਿਲੇ ਨੰਬਰ 'ਤੇ ਨਹੀਂ ਲਿਜਾ ਸਕਦੇ ਹੈਗੇ। ਜੇ ਅਸੀਂ ਸਕੂਲਾਂ ਦੇ ਵਿੱਚ ਲਾਇਬ੍ਰੇਰੀਅਨ ਦੀ ਪੋਸਟ ਨਹੀਂ ਦੇ ਸਕਦੇ, ਉੱਥੇ ਕਿਤਾਬਾਂ ਵੀ ਭੇਜ ਕੇ ਕੀ ਕਰਨੀਆਂ ਨੇ? ਬੱਚਿਆਂ ਨੂੰ ਇਹ ਦੱਸਣ ਵਾਲੇ ਨੇ ਕੋਈ ਕਿਤਾਬ ਪੜ੍ਹਨੀ ਕਿਹੜੀ ਆ? ਅਸੀਂ ਸਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਦੇ ਉੱਤੇ ਡਟੇ ਹੋਏ ਹਾਂ ਕਿ ਅਸੀਂ ਮੁਲਾਕਾਤ ਕਰਕੇ ਜਾਵਾਂਗੇ, ਪਰ ਸਾਨੂੰ ਬਾਰ ਬਾਰ ਕਿਹਾ ਜਾ ਰਿਹਾ ਵੀ ਕਿ ਇੱਥੋਂ ਜਾਂ ਚਲੇ ਜਾਓ ਜਾਂ ਫਿਰ ਤੁਹਾਨੂੰ ਫੋਰਸਫੁਲੀ ਇੱਥੋਂ ਚੱਕ ਲਿਆ ਜਾਊਗਾ, ਤੁਹਾਨੂੰ ਗੱਡੀ ਉੱਪਰ ਕੇ। ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ, ਸਾਡੇ ਵੱਲੋਂ ਕੋਈ ਨਾਰਾ ਨਹੀਂ, ਅਸੀਂ ਸਿੰਪਲੀ ਖੜੇ ਹਾਂ, ਅਸੀਂ ਸਿਰਫ ਇੱਕੋ ਹੰਬਲ ਰਿਕੁਐਸਟ ਕਰ ਰਹੇ ਹਾਂ ਕਿ ਸਾਨੂੰ ਇੱਕ ਵਾਰ CM ਨਾਲ ਮਿਲਾਇਆ ਜਾਵੇ, ਜੇ ਆਮ ਲੋਕਾਂ ਨੇ CM ਨੇ ਤਾਂ ਅਸੀਂ ਆਮ ਲੋਕਾਂ ਸਾਨੂੰ ਮਿਲਾਇਆ ਜਾਵੇ। ਦੇਖ ਲਿਓ।